ਸਤਿ ਸ਼੍ਰੀ ਅਕਾਲ ਜੀ ਸਾਂਝੇ ਸਟੱਡੀ ਪੁਆਇੰਟ YouTube ਚੈਨਲ ਉੱਤੇ ਤੁਹਾਡਾ ਸਵਾਗਤ ਹੈ ਇਸ ਵੀਡੀਓ ਦੇ ਵਿੱਚ ਅਸੀਂ 11ਵੀਂ ਜਮਾਤ ਦੀ ਪੰਜਾਬੀ ਲਾਜ਼ਮੀ ਪਾਠ ਪੁਸਤਕ ਦੇ ਵਿੱਚ ਦਿੱਤੀ ਗਈ ਮਿੱਥਕਥਾ ਨਲਦਮਯੰਤੀ ਦੇ ਪ੍ਰਸ਼ਨ ਉੱਤਰ ਕਰਾਂਗੇ ਇਸ ਤੋਂ ਪਹਿਲਾਂ ਕਿ ਵੀਡੀਓ ਸ਼ੁਰੂ ਕਰੀਏ ਜੇਕਰ ਤੁਸੀਂ ਇਸ ਚੈਨਲ ਦੇ ਉੱਤੇ ਨਵੇਂ ਹੋ ਤਾਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਦੇ ਨਾਲ ਹੀ ਬੈਲ ਆਈਕਨ ਦਾ ਬਟਨ ਵੀ ਦਬਾ ਲੈਣਾ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਅਪਡੇਟ ਤੁਹਾਨੂੰ ਆਪਣੇ ਆਪ ਮਿਲਦੇ ਰਹਿਣ ਤਾਂ ਉਹ ਸ਼ੁਰੂ ਕਰਦੇ ਹਾਂ ਪਹਿਲਾ ਪ੍ਰਸ਼ਨ ਨਲ ਤੇ ਦਮਯੰਤੀ ਵਿੱਚ ਕਿਹੜੇ ਕਿਹੜੇ ਗੁਣ ਸਨ ਨਲ ਤੇਜਮਈ ਗੁਣਵਾਨ ਸੁੰਦਰ ਤੇ ਬਲਵਾਨ ਹੋਣ ਤੋਂ ਬਿਨਾ ਘੋੜੇ ਦੜਾਣ ਵਿੱਚ ਖਾਸ ਮਹਾਰਤ ਰੱਖਦਾ ਸੀ ਦਮਯੰਤੀ ਰੂਪਮਤੀ ਬੁੱਧੀਮਾਨ ਤੇ ਹੋਰ ਕਈ ਗੁਣਾ ਦੀ ਮਾਲਕ ਰਾਜਕੁਮਾਰੀ ਸੀ ਪ੍ਰਸ਼ਨ ਦੂਜਾ ਨਲ ਤੋਂ ਵਿਛੜ ਕੇ ਦਮਯੰਤੀ ਨਾਲ ਕੀ ਬੀਤਦੀ ਹੈ ਜਾਂ ਨਲ ਤੋਂ ਵਿਛੜਨ ਬਾਅਦ ਦਮਯੰਤੀ ਨਾਲ ਕਿਹੜੀ ਘਟਨਾ ਵਾਪਰਦੀ ਹੈ ਉੱਤਰ ਨਲ ਤੋਂ ਵਿਛੜ ਕੇ ਦਮਯੰਤੀ ਅੰਤਾਂ ਦਾ ਬਿਰਲਾਪ ਕਰਦੀ ਹੋਈ ਉਸ ਨੂੰ ਢੂੰਡਣ ਲਈ ਜੰਗਲ ਵੱਲ ਤੁਰ ਪਈ ਰਾਹ ਵਿੱਚ ਇੱਕ ਅਜਗਰ ਨੇ ਉਸ ਨੂੰ ਪੈਰਾਂ ਵੱਲੋਂ ਨਿਗਲਣਾ ਸ਼ੁਰੂ ਕਰ ਦਿੱਤਾ ਇੱਕ ਸ਼ਿਕਾਰੀ ਨੇ ਅਜਗਰ ਨੂੰ ਮਾਰ ਕੇ ਦਮਯੰਤੀ ਦੀ ਜਾਨ ਬਚਾਈ ਅਰ ਉਸਦੇ ਮਨ ਵਿੱਚ ਉਸ ਪ੍ਰਤੀ ਯਾਨੀ ਕਿ ਸ਼ਿਕਾਰੀ ਦੇ ਮਨ ਵਿੱਚ ਦਮਨਤੀ ਪ੍ਰਤੀ ਮੰਦ ਭਾਵਨਾ ਪੈਦਾ ਹੋ ਗਈ ਇਸ ਸਮੇਂ ਉੱਚੇ ਆਚਰਣ ਵਾਲੀ ਦਮਨਤੀ ਵਿੱਚ ਅਥਾ ਸ਼ਕਤੀ ਪੈਦਾ ਹੋ ਗਈ ਤੇ ਉਸ ਨੇ ਸ਼ਿਕਾਰੀ ਨੂੰ ਮਾਰ ਮੁਕਾਇਆ ਫਿਰ ਉਹ ਜੰਗਲ ਦੇ ਬਿਰਖ ਬੂਟਿਆਂ ਤੋਂ ਨਾਲ ਬਾਰੇ ਪੁੱਛਦੀ ਰਹੀ ਅੰਤੋਹ ਚੇਦੀ ਰਾਜ ਦੀ ਰਾਜਧਾਨੀ ਪੁੱਜੀ ਅਗਲਾ ਪ੍ਰਸ਼ਨ ਨਲਤੇ ਦਮਨਤੀ ਇੱਕ ਦੂਜੇ ਤੋਂ ਕਿਵੇਂ ਵਿਛੜੇ ਜਾਂ ਕਿਵੇਂ ਵਿਛੜਦੇ ਹਨ ਉੱਤਰ ਰਾਜਾ ਨਾਲ ਆਪਣੇ ਰਾਜ ਆਪਣਾ ਰਾਜ ਜੂਏ ਵਿੱਚ ਹਾਰਨ ਮੰਗਰੋ ਜੰਗਲਾਵਲ ਤੁਰ ਪਿਆ ਤੇ ਦਮਨਤੀ ਵੀ ਨਾਲ ਤੁਰ ਪਈ ਦੋਹਾਂ ਦਾ ਸਫ਼ਰ ਦੇ ਤਕਵੇਂ ਤੇ ਭੁੱਖ ਨਾਲ ਭੁੱਖ ਨਾਲ ਬੁਰਾ ਹਾਲ ਸੀ ਇੱਕ ਸ਼ਾਮ ਜਦੋਂ ਇੱਕ ਧਰਮਸ਼ਾਲਾ ਕੋਲ ਠਹਿਰੇ ਤਾਂ ਦਮਨਤੀ ਨੂੰ ਨੀਂਦ ਆ ਗਈ ਰਾਜਾ ਨਾਲ ਚਿੰਤਾ ਕਰਨ ਜਾਗ ਰਿਹਾ ਸੀ ਉਸਨੇ ਜੰਗਲ ਵਿੱਚ ਆਪਣੇ ਨਾਲ ਜਾ ਰਹੀ ਦਮਨਤੀ ਦੇ ਦੁੱਖਾਂ ਬਾਰੇ ਸੋਚ ਕੇ ਉਸ ਨੂੰ ਸੁੱਤਿਆਂ ਛੱਡ ਜਾਣ ਦਾ ਫੈਸਲਾ ਕੀਤਾ ਇਸ ਤਰ੍ਹਾਂ ਰਾਜੇ ਨਾਲ ਤੇ ਦਮਨਤੀ ਰਾਜੇ ਨਾਲ ਨੇ ਦਮਨਤੀ ਨੂੰ ਸੁੱਤਿਆਂ ਛੱਡ ਜਾਣ ਮਗਰੋਂ ਦੋਵੇਂ ਇੱਕ ਦੂਜੇ ਤੋਂ ਵਿਛੜ ਗਏ ਅਗਲਾ ਪ੍ਰਸ਼ਨ ਨਾਲ ਅਤੇ ਦਮਨਤੀ ਦਾ ਵਿਆਹ ਕਿਵੇਂ ਹੁੰਦਾ ਹੈ ਉੱਤਰ ਜਦੋਂ ਦਮਨਤੀ ਦੇ ਪਿਤਾ ਨੇ ਉਸਦੇ ਵਿਆਹ ਦਾ ਸੰਵੰਬਰ ਕੀਤਾ ਤਾਂ ਵਿਆਹ ਦੀ ਇੱਛਾ ਨਾਲ ਦੂਰ ਦਰਾਡੇ ਦੇ ਰਾਜੇ ਤੇ ਰਾਜਕੁਮਾਰ ਪਹੁੰਚੇ ਇਥੋਂ ਤੱਕ ਕਿ ਬਹੁਤ ਸਾਰੇ ਦੇਵਤੇ ਵੀ ਰਾਜਿਆਂ ਦੇ ਭੇਸ਼ ਵਿੱਚ ਆ ਪਹੁੰਚੇ ਅਸਲ ਵਿੱਚ ਦਮਨਤੀ ਆਪਣੇ ਮਨ ਵਿੱਚ ਨਾਲ ਨੂੰ ਆਪਣਾ ਪਤੀ ਮੰਨੀ ਬੈਠੀ ਸੀ ਜਦੋਂ ਉਸਨੇ ਰਾਜਿਆਂ ਤੇ ਰਾਜਕੁਮਾਰਾਂ ਵਿੱਚੋਂ ਨਾਲ ਦੀ ਪਛਾਣ ਕਰਨੀ ਚਾਹੀ ਤਾਂ ਉਸ ਨੂੰ ਬਹੁਤ ਸਾਰੇ ਨਾਲ ਬੈਠੇ ਦਿਖਾਈ ਦਿੱਤੇ ਫਿਰ ਜਦੋਂ ਉਸਨੇ ਦੇਖਿਆ ਕਿ ਦੇਵਤਿਆਂ ਦੇ ਸਰੀਰ ਉੱਪਰ ਪਸੀਨੇ ਦੀ ਇੱਕ ਵੀ ਬੂੰਦ ਨਹੀਂ ਉਹ ਅੱਖਾਂ ਨਹੀਂ ਝਪਕ ਰਹੇ ਹਨ ਉਹਨਾਂ ਦੇ ਪੈਰ ਧਰਤੀ ਨੂੰ ਨਹੀਂ ਛੂੰਹਦੇ ਤੇ ਉਹਨਾਂ ਦਾ ਪਰਛਾਵਾਂ ਵੀ ਨਹੀਂ ਤਾਂ ਉਸਨੇ ਉਹਨਾਂ ਵਿੱਚੋਂ ਰਾਜੇ ਨਾਲ ਨੂੰ ਪਛਾਣ ਕੇ ਬਰਮਾਲਾ ਉਸਦੇ ਗਲ ਵਿੱਚ ਪਾ ਦਿੱਤੀ ਇਸ ਤਰ੍ਹਾਂ ਦੋਹਾਂ ਦਾ ਵਿਆਹ ਹੋ ਗਿਆ ਅਗਲਾ ਪ੍ਰਸ਼ਨ ਨਲਤੇ ਦਮਨਤੀ ਦਾ ਪੁਨਰ ਮੇਲ ਕਿਵੇਂ ਹੁੰਦਾ ਹੈ ਉੱਤਰ ਜਦੋਂ ਦਮਨਤੀ ਨੂੰ ਉਸ ਦੀ ਮਾਸੀ ਨੇ ਉਸਦੇ ਪਿਤਾ ਕੋਲ ਪਹੁੰਚਾ ਦਿੱਤਾ ਤਾਂ ਉਸਦੇ ਪਿਤਾ ਨੇ ਰਾਜੇ ਨਾਲ ਨੂੰ ਲੱਭਣ ਲਈ ਚਾਰੇ ਪਾਸੇ ਬ੍ਰਾਹਮਣ ਭੇਜੇ ਇੱਕ ਬ੍ਰਾਹਮਣ ਰਾਜੇ ਰਿਤੂਪਰਨ ਕੋਲ ਵੀ ਪਹੁੰਚ ਪਹੁੰਚ ਗਿਆ ਜਿੱਥੇ ਕਿ ਰਾਜਾ ਨਾਲ ਸ਼ਕਲੋਂ ਬੇਸ਼ਕਲ ਹੋਇਆ ਉਸਦੇ ਘੋੜਿਆਂ ਦੇ ਵਾਹਕ ਦੇ ਤੌਰ ਤੇ ਨੌਕਰ ਸੀ ਬ੍ਰਾਹਮਣ ਨੂੰ ਉਸ ਨਾਲ ਗੱਲਬਾਤ ਕਰਕੇ ਸ਼ੱਕ ਪੈ ਗਿਆ ਉਸਨੇ ਦਮਨਤੀ ਕੋਲ ਆ ਕੇ ਉਸਦਾ ਹੁਲੀਆ ਦੱਸਿਆ ਦਮਨਤੀ ਨੇ ਰਾਜਾ ਨਾਲ ਨੂੰ ਮੋੜ ਪ੍ਰਾਪਤ ਕਰਨ ਤੇ ਉਸਦੇ ਰਾਜਾ ਨਾਲ ਹੋਣ ਬਾਰੇ ਤਸੱਲੀ ਕਰਨ ਲਈ ਸਵੰਬਰ ਦਾ ਐਲਾਨ ਕੀਤਾ ਉਸਨੇ ਕੇਵਲ 1 ਦਿਨ ਦਾ ਸਮਾਂ ਦੇ ਕੇ ਰਾਜੇ ਰਿਤੂਪਰਨ ਵੱਲ ਸਵੰਬਰ ਦਾ ਸਨੇਹਾ ਭੇਜਿਆ ਰਾਜਾ ਰਿਤੂਪਰਨ ਇੱਕ ਦਿਨ ਵਿੱਚ ਬੇਧਰਵ ਪਹੁੰਚਣਾ ਅਸੰਭਵ ਸਮਝਦਾ ਸੀ ਪਰ ਰਾਜੇ ਨਾਲ ਨੇ ਤੇਜ਼ ਘੋੜੇ ਭਜਾ ਕੇ ਉਸ ਨੂੰ ਬੇਧਰਵ ਪਹੁੰਚਾ ਦਿੱਤਾ ਉੱਥੇ ਦਮਯੰਤੀ ਨੇ ਇੱਕ ਦਾਸੀ ਰਾਹੀਂ ਰਾਜੇ ਨਾਲ ਨਾਲ ਸੰਪਰਕ ਕੀਤਾ ਜਿਹੜਾ ਕਿ ਦਮਯੰਤੀ ਦੇ ਸਵੰਬਰ ਕਾਰਨ ਦੁਖੀ ਸੀ ਪਰ ਜਦੋਂ ਉਸ ਨੂੰ ਪਤਾ ਲੱਗਾ ਕਿ ਦਮਯੰਤੀ ਨੇ ਉਸ ਨੂੰ ਲੱਭਣ ਲਈ ਹੀ ਸਾਰੀ ਯੋਜਨਾ ਬਣਾਈ ਸੀ ਤਾਂ ਉਹ ਬਹੁਤ ਖੁਸ਼ ਹੋਇਆ ਇਸ ਤਰ੍ਹਾਂ ਨਾਲ ਤੇ ਦਮਯੰਤੀ ਦਾ ਪੁਨਰਮੇਲ ਹੋ ਗਿਆ ਅਗਲਾ ਪ੍ਰਸ਼ਨ ਨਲ ਆਪਣੇ ਭਾਈ ਪੁਸ਼ਕਰ ਨਾਲੋਂ ਕਿਵੇਂ ਵੱਖਰਾ ਸੀ ਉੱਤਰ ਨਲ ਪੁਸ਼ਕਰ ਵਰਗਾ ਦੁਸ਼ਟ ਨਹੀਂ ਸੀ ਸਗੋਂ ਸੱਜਣ ਪੁਰਸ਼ ਸੀ ਕਿਉਂਕਿ ਜਦੋਂ ਪੁਸ਼ਕਰ ਜੂਏ ਵਿੱਚ ਨਲ ਤੋਂ ਜਿੱਤਿਆ ਸੀ ਤਾਂ ਉਸਨੇ ਪਰਜਾ ਨੂੰ ਹੁਕਮ ਦਿੱਤਾ ਸੀ ਕਿ ਕੋਈ ਨਲ ਅਤੇ ਦਮਯੰਤੀ ਨੂੰ ਅੰਨ ਪਾਣੀ ਨਾ ਦੇਵੇ ਪਰ ਜਦੋਂ ਦੂਜੀ ਵਾਰ ਨਲ ਪੁਸ਼ਕਰ ਤੋਂ ਉਸਦਾ ਸਾਰਾ ਰਾਜ ਜਿੱਤ ਲੈਂਦਾ ਹੈ ਤਾਂ ਪੁਸ਼ਕਰ ਨੂੰ ਉਸਦਾ ਰਾਜ ਵਾਪਸ ਕਰ ਦਿੰਦਾ ਹੈ ਇਸ ਤਰ੍ਹਾਂ ਨਾਲ ਆਪਣੇ ਭਾਈ ਪੁਸ਼ਕਰ ਤੋਂ ਵੱਖਰਾ ਸੀ ਤਾਂ ਇਹ ਸੀ ਇਸ ਮਿੱਥਕਥਾ ਦੇ ਪ੍ਰਸ਼ਨ ਉੱਤਰ ਉਮੀਦ ਹੈ ਕਿ ਵੀਡੀਓ ਪਸੰਦ ਆਈ ਹੋਵੇਗੀ ਇਸ ਨੂੰ ਆਪਣੇ ਸਾਥੀਆਂ ਦੇ ਨਾਲ ਵੀ ਸਾਂਝਾ ਜ਼ਰੂਰ ਕਰਨਾ ਤਾਂ ਕਿ ਉਹ ਵੀ ਇਸ ਤੋਂ ਲਾਹਾ ਲੈ ਸਕਣ ਧੰਨਵਾਦ ਜੀ ਸਤਿ ਸ਼੍ਰੀ ਅਕਾਲ